ਸਾਸ਼ੀ ਅਕਲ ਬੱਚਿਓ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਹੈ ਪੰਜਵੀਂ ਦੀ ਜਮਾਤ ਵਿੱਚ ਤੇ ਆਈ ਹੋਪ ਤੁਹਾਨੂੰ ਜੋ 10 ਮਾਤਰਾ ਨੇ ਲਗਾ ਨੇ ਉਹ ਤਾਂ ਸਮਝ ਆ ਗਈਆਂ ਹੋਣੀਆਂ ਉਸ ਤੋਂ ਬਾਅਦ ਅਸੀਂ ਸਟਾਰਟ ਕੀਤੇ ਸੀ ਕਰਨੇ ਲਗਾਖਰ ਜੋ ਕਿ ਤਿੰਨੇ ਟਿੱਪੀ ਬਿੰਦੀ ਔਰ ਅਧਕ ਜਿੰਦੇ ਵਿੱਚੋਂ ਦੋ ਅਸੀਂ ਕੀਤੇ ਵੀ ਸੀ ਟਿੱਪੀ ਅਤੇ ਬਿੰਦੀ ਔਰ ਉਹਨਾਂ ਦਾ ਡਿਫਰੈਂਸ ਮੈਂ ਦੱਸਿਆ ਸੀ ਕਿ ਕਿਹੜੀ-ਕਿਹੜੀ ਮਾਤਰਾ ਨਾਲ ਟਿੱਪੀ ਲੱਗਦੀ ਹੈ ਔਰ ਕਿਹੜੀ ਨਾਲ ਬਿੰਦੀ ਲੱਗਦੀ ਹੈ ਆ ਦੇਖੋ ਉੱਪਰ ਚਾਰ ਮਾਤਰਾ ਦਿੱਤੀਆਂ ਹੋਈਆਂ ਨੇ ਜਿੱਥੇ ਕੋਈ ਮਾਤਰਾ ਨਹੀਂ ਆ ਉਥੇ ਇਟ ਮੀਨਸ ਉਥੇ ਮੁਕਤਾ ਹੈ ਮੁਕਤਾ ਨਾ ਲੱਗਦੀ ਹੈ ਟਿੱਪੀ ਸਿਹਾਰੀ ਨਾਲ ਔਂਕਰ ਨਾਲ ਔਰ ਦੁਲੰਕਰ ਨਾਲ ਇਹ ਪੇਜ ਅਸੀਂ ਕੱਟ ਚੁੱਕੇ ਹਾਂ ਉਸ ਤੋਂ ਬਾਅਦ ਅਸੀਂ ਕੀਤੀ ਸੀ ਬਿੰਦੀ ਬਿੰਦੀ ਬਾਕੀ ਬਚਦੀਆਂ 6 ਮਾਤਰਾ ਨਾਲ ਲੱਗਦੀ ਹੈ ਤੇ 4 ਨਾਲ ਟਿੱਪੀ ਲੱਗਦੀ ਹੈ ਔਰ ਇੱਕ ਪਹਿਚਾਨ ਮੈਂ ਤੁਹਾਨੂੰ ਹੋਰ ਦੱਸੀ ਸੀ ਕਿ ਜਿਹੜੀ ਮਾਤਰਾ ਲੈਫਟ ਔਰ ਨੀਚੇ ਲੱਗਦੀ ਹੈ ਉਹ ਦਿਨਾਲ ਟਿੱਪੀ ਜਿਹੜੀ ਮਤਰਾ ਰਾਈਟ ਔਰ ਉੱਪਰ ਲੱਗਦੀ ਹੈ ਉਹ ਦਿਨਾਂ ਬਿੰਦੀ ਠੀਕ ਹੈ ਇਹਨੂੰ ਤੁਸੀਂ ਇੱਕ ਵਾਰੀ ਫੇਰ ਪ੍ਰੈਕਟਿਸ ਕਰਨਾ ਜਿੰਨੇ ਅੱਖਰ ਤੁਸੀਂ ਕਾਪੀ ਤੇ ਲਿਖੋਗੇ ਤੁਹਾਨੂੰ ਓਨਾ ਹੀ ਜ਼ਿਆਦਾ ਸਮਝ ਆਏਗਾ ਉਸ ਤੋਂ ਬਾਅਦ ਸਾਡਾ ਇੱਕ ਲਗ ਅੱਖਰ ਰਹਿ ਗਿਆ ਸੀ ਜੋ ਕੀ ਹੈ ਅਧਕ ਅਧਕ ਅਸੀਂ ਉੱਥੇ ਲਗਾਉਂਦੇ ਹਾਂ ਜਿੱਥੇ ਜਾਂ ਤਾਂ ਅੱਧੇ ਅੱਖਰ ਦੀ ਆਵਾਜ਼ ਆਵੇ ਠੀਕ ਹੈ ਇਹ ਥੋੜਾ ਜਿਹਾ ਅੱਖਰ ਤੇ ਦਬਾਅ ਆਵੇ ਜਿਵੇਂ ਅਸੀਂ ਦਬਾ ਦੇ ਕੇ ਬੋਲਦੇ ਆ ਅੱਖਰਾਂ ਨੂੰ ਹਿੰਦੀ ਦੇ ਵੀ ਸਿੰਪਲ ਬੋਲਦੇ ਆ ਲੇਕਿਨ ਪੰਜਾਬੀ ਦੇ ਵੀ ਥੋੜਾ ਜਿਹਾ ਦਬਾਅ ਆਉਂਦਾ ਹੈ ਅੱਖਰ ਨੂੰ ਬੋਲਦੇ ਹੋਏ ਜਿਵੇਂ ਸੱਪ ਬਿੱਲੀ ਕੁੱਤਾ ਹਨਾ ਤਾਂ ਦਾ ਸਾਊਂਡ ਜਿਵੇਂ ਡਬਲ ਹੈ ਥੋੜਾ ਜਿਹਾ ਅਸੀਂ ਰੁਕ ਕੇ ਬੋਲਦੇ ਹਾਂ ਇਹ ਦਬਾਅ ਦੇ ਕੇ ਬੋਲਦੇ ਆ ਕਿਸੇ ਅੱਖਰ ਨੂੰ ਤਾਂ ਉਹ ਸ ਅੱਖਰ ਦੇ ਉੱਪਰ ਅਸੀਂ ਪਾਉਂਦੇ ਆ ਅਦਕ ਅਦਕ ਦਾ ਮਤਲਬ ਖਾਲੀ ਚੰਦ ਵਰਗਾ ਤੁਸੀਂ ਬਣਾਉਣਾ ਹੈ ਉਸ ਨੂੰ ਨਾ ਤਾਂ ਜ਼ਿਆਦਾ ਵੱਡਾ ਬਣਾਉਣਾ ਹੈ ਔਰ ਨਾਹੀਂ ਉਸ ਦੇ ਅੰਦਰ ਬਿੰਦੀ ਪਾਣੀ ਹੈ ਠੀਕ ਹੈ ਦੇਖੋ ਇੱਥੇ ਪਹਿਲਾ ਅੱਖਰ ਹੈ ਅਖ ਅਖ ਜਿਸ ਅੱਖਰ ਦੀ ਆਵਾਜ਼ ਡਬਲ ਆਵੇ ਜਾਂ ਦਬਾਅ ਆਵੇ ਉਸ ਤੋਂ ਪਹਿਲੇ ਵਾਲੇ ਦੇ ਉੱਪਰ ਅਧਕ ਪਾਣਾ ਹੈ ਉਸੇ ਦੇ ਬਿਲਕੁਲ ਐਗਜ਼ੈਕਟ ਉੱਪਰ ਨਹੀਂ ਪਾਣਾ ਉਸ ਤੋਂ ਪਹਿਲੇ ਵਾਲੇ ਦੇ ਉੱਪਰ ਪਾਣਾ ਹੈ ਅਖ ਅੱਖਰ ਅੱਗੇ ਹੈ ਮਲ ਇੱਥੇ ਲੈਂ ਤੇ ਅਸੀਂ ਦਬਾਅ ਦੇ ਰਹੇ ਹਾਂ ਲੇਕਿਨ ਅਧਾ ਕਿਧੇ ਤੇ ਪਾਇਆ ਹੈ ਮੈਂ ਤੇ नैक्सट है मखण सट सिख अगला है पखा पिपल बिल्ली बच्चे कख कट अगे है चिट्टा चरित्र चरित्र तो असी रुक के बोलिया है इस करके र और तब चाले पा दो या फिर र दे ऊपर ठीक है ਅੱਗੇ ਹੈ ਦਿੱਲੀ ਹੁਣ ਲੈ ਦਾ ਸਾਊਂਡ ਡਬਲ ਹੈ ਲੇਕਿਨ ਅਸੀਂ ਅੱਧਕ ਦੇਖੋ ਕਿਤੇ ਤੇ ਪਾਈ ਹੈ ਦੈ ਦੇ ਉੱਪਰ ਠੀਕ ਹੈ 10 ਸੋ ਦਾ ਸਾਊਂਡ ਡਬਲ ਆ ਰਿਹਾ ਲੇਕਿਨ ਅਸੀਂ ਅੱਧਕ ਕਿਤੇ ਤੇ ਪਾਇਆ ਹੈ ਦੈ ਤੇ ਐਸੀ ਤਰ੍ਹਾਂ ਤੁਸੀਂ ਪਾਣਾ ਹੈ ਵਟਾ ਵੱਜਨ ਸੱਪ ਕੁੱਕੜ ਮੱਛਰ ਬੱਕਰੀ ਪੀਪਲ ਤੱਕੜੀ ਉਸ ਤੋਂ ਬਾਅਦ 2 3 ਅਤੇ 4 ਅੱਖਰਾਂ ਵਾਲੇ ਸ਼ਬਦ ਹਨ ਜਿਨ੍ਹਾਂ ਨੂੰ ਤੁਸੀਂ ਆਪੇ ਪੜੋਗੇ ਥੋੜਾ ਜਿਹਾ ਪੜਨਾ ਤੁਹਾਨੂੰ ਆ ਜਾਏਗਾ ਉਸ ਤੋਂ ਬਾਅਦ ਥੋੜੇ ਜਿਹੇ ਸੈਂਟੈਂਸਾਂ ਨੂੰ ਮੈਂ ਪੜਾ ਦਿੰਨੀ ਹਾਂ ਕੁੱਕੜ ਕੁੜਕੁੜ ਕਰਦਾ ਆਇਆ ਕੁਕੜੀ ਨੂੰ ਵੀ ਨਾਲ ਲਿਆਇਆ ਕੁੱਕੜ ਉੱਚੀ ਉੱਚੀ ਬਾਂਗਾ ਦੇਵੇ ਕੁਕੜੀ ਚੁਗਦੀ ਮਿੱਠੇ ਮੇਵੇ ਖੁੱਡੇ ਦੇ ਵਿੱਚ ਦੋਵੇਂ ਰਹਿੰਦੇ ਕਿਸੇ ਨੂੰ ਵੀ ਕੁਝ ਨਾ ਕਹਿੰਦੇ ਉਸ ਤੋਂ ਬਾਅਦ ਇਹਦੀ ਐਕਸਰਸਾਈਜ਼ ਹੈ ਪੜੋ ਅਤੇ ਅੰਤਰ ਸਮਝੋ ये जरुर पढ़ने सत और सत दस और दस हल और हल पता और पत्ता, सुखा और सुका, कटा और कट्टा, सदा और सदा कुली और कुली, मत और मत गल और गल बस और बस वस और वस बदल और बदल ਸਤਰ ਔਰ ਸਤਰ ਤਕੜੀ ਔਰ ਤਕੜੀ ਠੀਕ ਹੈ ਇਹ ਅੰਤਰ ਹੈ ਇਹਨਾਂ ਦੇ ਵਿੱਚ ਇਹ ਅਦਕ ਦੇਖੋ ਤੁਸੀਂ ਕਿੱਥੇ ਕਿੱਥੇ ਪਾਣੇ ਪਾ ਲੈਣਾ ਉਸ ਤੋਂ ਬਾਅਦ ਹੈ ਠੀਕ ਚਿੱਤਰ ਅੱਗੇ ਠਿਕ ਦਾ ਨਿਸ਼ਾਨ ਲਗਾਓ ਸਭ ਤੋਂ ਪਹਿਲਾਂ ਹੈ ਰੁੱਖ ਉਸ ਤੋਂ ਬਾਅਦ ਹੈ ਪੱਖਾ ਉਸ ਤੋਂ ਬਾਅਦ ਹੈ ਨਿੱਕਰ ਉਸ ਤੋਂ ਬਾਅਦ ਮੱਛਰ ਬਿੱਲੀ ਨੱਕ ਮੈਂ ਤੁਹਾਨੂੰ ਐਨੀਮਲਸ ਨੇਮ ਦੇ ਵਿੱਚ ਬਿੱਲੀ ਕੁੱਤਾ ਇਸ ਕਰਕੇ ਨਹੀਂ ਕਰਾਇਆ ਸੀ ਕਿਉਂਕਿ ਉਹਨਾਂ ਵਿੱਚ ਅਦਕ ਪੈਂਦੀ ਹੈ ਇਸ ਕਰਕੇ ਮੈਂ ਤੁਹਾਨੂੰ ਨਹੀਂ ਲਿਖਵਾਏ ਸੀ ਬਿੱਲੀ ਕੁੱਤਾ ਹੁਣ ਤੁਸੀਂ ਆਪੇ ਵੀ ਦੇਖ ਸਕਦੇ ਹੋ ਠੀਕ ਹੈ ਅੱਧਾਖ ਪਾਈਗੀ ਦੋਨਾਂ ਦੇ ਉੱਪਰ ਬਿੱਲੀ ਉੱਪਰ ਵੀ ਔਰ ਕੁੱਤਾ ਉੱਪਰ ਵੀ ਆਈ ਹੋਪ ਤੁਹਾਨੂੰ ਅੱਧ ਜੋ ਹੈ ਲਗਾ ਕੇ ਸਮਝ ਆ ਗਿਆ ਹੋਵੇਗਾ ਤੇ ਇਸ ਦੇ ਜੋ ਸੈਂਟੈਂਸ ਹਨ ਵਰਡਸ ਹਨ ਤੁਸੀਂ ਇਹਨਾਂ ਨੂੰ ਕਾਪੀ ਦੇ ਉੱਪਰ ਲਿਖਣਾ ਹੈ ਕਿਉਂਕਿ ਬੁੱਕ ਦੇ ਵਿੱਚ ਇਸ ਦਾ ਕੋਈ ਕੰਮ ਨਹੀਂ ਹੈ ਔਰ ਅੱਜ ਤੁਹਾਡਾ ਜੋ 5ਵਾਂ ਸਿਲੇਬਸ ਹੈ ਉਹ ਵੀ ਆਲਮੋਸਟ ਬੁੱਕ ਵਾਲਾ ਕੰਪਲੀਟ ਹੋ ਗਿਆ ਹੈ ਬੁੱਕ ਦੇ ਵਿੱਚ ਜਿੰਨਾ ਮੈਂ ਕੰਮ ਕਰਾਉਣਾ ਸੀ ਉਹ ਮੈਂ ਕਰਾ ਚੁੱਕੀ ਹਾਂ ਹੁਣ ਬਸ ਨੋਟਬੁੱਕ ਦਾ ਥੋੜਾ ਜਿਹਾ ਕੰਮ ਰਹਿ ਗਿਆ ਉਹ ਅਸੀਂ ਕਰਾਂਗੇ ਅਗਲੇ ਪੀਰੀਅਡ 'ਚ ਧੰਨਵਾਦ